ਗਾਣੇ ਦਾ ਸ਼ੂਟ ਹੋ ਰਿਹਾ, ਦੇਖ ਸਕਦੇ ਹੋ ਡਾਇਰੈਕਟਰ ਸਾਹਿਬ ਇੱਥੇ ਪਹੁੰਚੇ ਹੋਏ ਨੇ, ਇਹ ਸਮਝਾ ਰਹੇ ਨੇ ਕਿ ਕਿਸ ਤਰ੍ਹਾਂ ਸ਼ਾਟ ਲੈਣਾ ਹੈ। ਦੇਖ ਸਕਦੇ ਹੋ ਡਾਇਰੈਕਟਰ ਸਾਹਿਬ ਇੱਥੇ ਪਹੁੰਚੇ ਹੋਏ ਨੇ, ਇਹ ਸਮਝਾ ਰਹੇ ਨੇ ਕਿ ਕਿਸ ਤਰ੍ਹਾਂ ਸ਼ਾਟ ਲੈਣਾ ਹੈ। ਇਹ ਕਿਸਾਨੀ ਅੰਦੋਲਨ ਦੀ ਆਵਾਜ਼ ਚੁੱਕਣ ਵਾਸਤੇ ਗੀਤ ਦਾ ਸ਼ੂਟ ਹੋ ਰਿਹਾ ਇੱਥੇ। ਗੱਬਰਾਰ ਜੀ ਦੇ ਨਵੇਂ ਗਾਣੇ ਦਾ ਸ਼ੂਟ ਹੋ ਰਿਹਾ, ਸੋਚ ਮੂਸਿਆ ਦੀ ਪੰਜਾਬ ਤੋਂ, ਗਾਣੇ ਦਾ ਨਾਮ ਹੈ ਸਾਰੀ, ਅਤੇ ਕਿਸਾਨੀ ਅੰਦੋਲਨ ਨੂੰ ਲੈ ਕੇ ਸੀ, ਉਸ ਮੈਟਰ 'ਤੇ ਗਾਣਾ ਲਿਖਿਆ ਸੀ। ਸ਼ਬ ਕਰਨ ਸ਼ਹੀਦ ਉਹਨਾਂ ਦੇ ਲਈ ਸਮਰਪਿਤ ਹੈ। ਸੁਖਨੌਰੀ ਬਾਰਡਰ ਮੌਜੂਦ ਹਾਂ, ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਥੇ ਇੱਕ ਗਾਣੇ ਦਾ ਸ਼ੂਟ ਹੋ ਰਿਹਾ, ਦੇਖ ਸਕਦੇ ਹੋ ਡਾਇਰੈਕਟਰ ਸਾਹਿਬ ਇੱਥੇ ਪਹੁੰਚੇ ਹੋਏ ਨੇ, ਇਹ ਸਮਝਾ ਰਹੇ ਨੇ ਕਿ ਕਿਸ ਤਰ੍ਹਾਂ ਸ਼ਾਟ ਲੈਣਾ ਹੈ। ਇਹ ਕਿਸਾਨੀ ਅੰਦੋਲਨ ਦੀ ਆਵਾਜ਼ ਚੁੱਕਣ ਵਾਸਤੇ ਗੀਤ ਦਾ ਸ਼ੂਟ ਹੋ ਰਿਹਾ, ਇੱਥੇ ਗੀਤ ਗਾਏ ਜਾਣਗੇ। ਸੋ ਦੇਖ ਸਕਦੇ ਹੋ ਸਿੰਗਰ ਵੀ ਮੌਜੂਦ ਨੇ। ਪਹਿਲਾਂ ਡਾਇਰੈਕਟਰ ਸਾਹਿਬ ਨਾਲ ਗੱਲਬਾਤ ਕਰ ਲੈਂਦੇ ਹਾਂ। ਡਾਇਰੈਕਟਰ ਸਾਹਿਬ ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਜੀ ਗੱਗੀ ਸਾਰੂ ਹੈ। ਠੀਕ ਹੈ, ਹਾਂਜੀ ਸਰ। ਇਹ ਸੌਂਗ ਦਾ ਸ਼ੂਟ ਹੋ ਰਿਹਾ ਸਰ? ਹਾਂਜੀ, ਜੱਗਾ ਬਰਾੜ ਜੀ ਦੇ ਨਵੇਂ ਗਾਣੇ ਦਾ ਸ਼ੂਟ ਹੋ ਰਿਹਾ। ਠੀਕ ਹੈ, ਸੋਚ ਮੂਸਿਆ ਲਈ ਪੰਜਾਬ ਤੋਂ, ਗਾਣੇ ਦਾ ਨਾਮ ਹੈ ਸਾਡੇ ਦਾ, ਅਤੇ ਕਿਸਾਨੀ ਅੰਦੋਲਨ ਨੂੰ ਲੈ ਕੇ ਸੀ, ਉਸ ਮੈਟਰ 'ਤੇ ਗਾਣਾ ਲਿਖਿਆ ਸੀ, ਅਤੇ ਜਿਹਦਾ ਸ਼ੂਟ ਅੱਜ ਇੱਥੇ ਗਾਣੇ ਚੱਲ ਰਿਹਾ ਹੈ। ਅਤੇ ਸਰ ਲਗਭਗ ਕਿੰਨਾ ਕੁ ਸ਼ੂਟ ਨੇਪਰੇ ਚੜ੍ਹ ਗਿਆ ਹੁਣ? ਨੇਪਰੇ ਦਾ ਜੀ 40% ਕਹਿ ਸਕਦੇ ਆਪਾਂ, ਹਜੇ ਸ਼ੂਟ ਹੋ ਚੁੱਕਿਆ ਅਤੇ 60% ਰਹਿੰਦਾ ਹਜੇ, ਸ਼ਾਮ ਤੱਕ ਸ਼ੂਟ ਚੱਲੂਗਾ। ਇਸ ਗਾਣੇ ਦਾ ਥੀਮ ਕੀ ਹੈ, ਹੋਰ ਕੀ ਕੁਝ ਇਹਦੇ 'ਚ ਤੁਸੀਂ ਐਡ ਕੀਤਾ? ਐਡ ਤਾਂ ਜੀ ਲਾਲੋ ਸਾਹਿਬ ਕੋਈ ਇਹੋ ਜਿਹੀ ਕੋਈ ਛੱਡੀ ਨਹੀਂ ਗੱਲ ਅਸੀਂ ਜਿਹੜੀ ਐਡ ਨਾ ਕੀਤੀ ਹੋਵੇ, ਕਿ ਪਹਿਲਾਂ ਵੀ ਅੰਦੋਲਨ ਹੋਇਆ ਸੀ, ਹੁਣ ਦੂਜੀ ਵਾਰ ਫਿਰ ਅੰਦੋਲਨ ਹੋਏਗਾ ਜੀ, ਅਤੇ ਮੂਸੇਵਾਲੇ ਨੂੰ ਲੈ ਕੇ, ਦੀਪ ਸਿੱਧੂ ਨੂੰ ਲੈ ਕੇ, ਭਾਨੇ ਸਿੱਧੂ ਨੂੰ ਕਹਿ ਸਕਦੇ ਹਾਂ, ਟ੍ਰਿਬਿਊਟ ਦਿੱਤਾ ਜਾ ਰਿਹਾ। ਹਾਂਜੀ, ਟ੍ਰਿਬਿਊਟ ਦਿੱਤਾ ਜਾ ਰਿਹਾ, ਅਤੇ ਉਸ ਸ਼ਹੀਦ ਵੀਰਾਂ ਵਾਸਤੇ ਜਿਨ੍ਹਾਂ ਨੇ ਜਾਨਾਂ ਗਵਾਈਆਂ ਨੇ ਆਪਣੀਆਂ, ਉਸ ਕਿਸਾਨਾਂ ਵਾਸਤੇ ਜਿਹੜੇ ਆਪਦਾ ਘਰ ਛੱਡ ਕੇ ਇੱਥੇ ਧਰਨੇ 'ਤੇ ਬੈਠੇ ਨੇ। ਕਿਉਂਕਿ ਇਹਨਾਂ ਸ਼ਖਸੀਅਤਾਂ ਜਿਹੜਾ ਤੁਸੀਂ ਨਾਮ ਲੈ ਰਹੇ, ਇਹਨਾਂ ਦਾ ਬਹੁਤ ਅਹਿਮ ਰੋਲ ਰਿਹਾ ਇਸ ਅੰਦੋਲਨ ਦੌਰਾਨ, ਆਪਾਂ ਕਹਿ ਸਕਦੇ? ਹਾਂਜੀ ਹਾਂ, ਠੀਕ ਹੈ। ਤੋ ਇਹ ਸਿੰਗਰ ਜੀ ਬਾਈ ਜੀ, ਸਾਡੇ ਸਿੰਗਰ ਜੀ ਜੱਗਾ ਬਰਾੜ ਜੀ, ਸਭ ਤੋਂ ਪਹਿਲਾਂ ਇਹ ਡੇਲੀ ਪੋਸਟ ਪੰਜਾਬੀ ਨੂੰ ਅਸੀਂ ਥੈਂਕਸ ਕਰਦੇ ਹਾਂ, ਜਿਨ੍ਹਾਂ ਨੇ ਟਾਈਮ ਕੱਢ ਕੇ ਸਾਡੀ ਵੀਡੀਓ ਬਣਾਉਣ ਲੱਗੇ ਨੇ। ਇਹ ਗੀਤ ਜੀ ਸਭ ਤੋਂ ਪਹਿਲਾਂ ਸ਼ੁਭ ਕਰਨ ਸ਼ਹੀਦ ਉਹਨਾਂ ਦੇ ਲਈ ਸਮਰਪਿਤ ਹੈ। ਇਹ ਕਿਸਾਨੀ ਅੰਦੋਲਨ ਨੂੰ ਲੈ ਕੇ ਮੇਰਾ ਵੀਰ ਕੇਵਲ ਕਾਂਜਲਾ ਜੀ, ਉਹਨਾਂ ਦਾ ਬਹੁਤ ਸੋਹਣਾ ਲਿਖਿਆ ਵਿਆ, ਅਤੇ ਗੱਗੀ ਸਾਰੋਂ ਜੀ ਵੀਡੀਓ ਡਾਇਰੈਕਟਰ ਹੈਗੇ ਨੇ। ਅਤੇ ਡਾਇਰੈਕਟਰ ਸਾਹਿਬ ਤੁਸੀਂ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਹੈਗੇ ਹੋ, ਤੁਹਾਨੂੰ ਹੀ ਲੱਗਦਾ ਇਸ ਅੰਦੋਲਨ ਦੇ ਵਿੱਚ ਜਿਹੜੀ ਫਿਲਮੀ ਹਸਤੀਆਂ ਦੀ ਜਿਹੜੀ ਸ਼ਮੂਲੀਅਤ ਹੈ ਉਹ ਘੱਟਦੀ ਜਾ ਰਹੀ ਹੈ? ਘੱਟਦੀ ਤਾਂ ਐਂ ਜਾ ਰਹੀ ਹੈ ਕਿ ਹਰੇਕ ਨੂੰ ਡਰ ਹੈ, ਕਿਉਂਕਿ ਹੁਣ ਤੁਸੀਂ ਐਂ ਲਾ ਲਓ ਕਿ ਜਿਹੜਾ ਇਸ ਇੰਡਸਟਰੀ ਦੇ ਵਿੱਚੋਂ ਕੋਈ ਮੂਹਰੇ ਆਉਣ ਲੱਗਦਾ ਗਾ, ਆਪਾਂ ਕਹਿ ਦਿੰਦੇ ਹਾਂ ਕਿ ਕੋਈ ਵੀ ਕਲਾਕਾਰ ਇੱਥੇ ਆ ਜਾਏ, ਤਾਂ ਉਹਨੂੰ ਆਪਣੇ ਆਪ ਨੂੰ ਡਰ ਲੱਗਣ ਲੱਗ ਜਾਂਦਾ ਕਿ ਕੋਈ ਮੈਨੂੰ ਦਬਾ ਨਾ ਦੇਵੇ। ਸਰ ਇਹ ਤੁਹਾਡਾ ਪਹਿਲਾ ਪ੍ਰੋਜੈਕਟ ਹੈਗਾ ਜਾਂ ਇਸ ਤੋਂ ਪਹਿਲਾਂ ਵੀ ਤੁਹਾਡੇ ਪ੍ਰੋਜੈਕਟਸ ਹੈਗੇ ਸੀਗੇ? ਮੇਰੇ ਪ੍ਰੋਜੈਕਟ ਲਗਭਗ 200-250 ਆ ਚੁੱਕਿਆ ਜੀ। ਹਾਂਜੀ, ਅਤੇ ਆਪਣੀ ਫੀਚਰ ਫਿਲਮ ਵੀ ਆ ਰਹੀ ਹੈ 22 ਤਰੀਕ ਨੂੰ, ਜਹਾਨ ਕਿਲਾ, ਬਾਈ ਜੋਬਨਪ੍ਰੀਤ ਦੇ ਨਾਲ ਕਰੀ ਹੈ ਪ੍ਰਕਾਸ਼ ਗਾਦੂ ਜੀ, ਅਤੇ ਉਹਨਾਂ ਵਿੱਚ ਹੋਰ ਕਾਫੀ ਕਲਾਕਾਰ ਨੇ, ਹੌਬੀ ਬਾਈ ਜੀ ਨੇ, ਅਤੇ ਜੋਬਨਪ੍ਰੀਤ ਜੀ, ਇਹਨਾਂ ਦੀ ਸਾਖ ਮੂਵੀ ਪਹਿਲਾਂ ਆਈ ਸੀਗੀ, ਉਹਨਾਂ ਦੀ ਮੂਵੀ ਆ ਰਹੀ ਹੁਣ ਜਹਾਨ ਕਿਲਾ, ਅਤੇ 22 ਤਰੀਕ ਨੂੰ ਸਿਨੇਮਾ ਵਿੱਚ ਲੱਗ ਰਹੀ, ਉਹਦੇ ਵਿੱਚ ਮੈਂ ਅਹਿਮ ਕਿਰਦਾਰ ਨਿਭਾਇਆ ਗਾ, ਅਤੇ ਹੋਰ ਕਾਫੀ ਗਾਣੇ ਆ ਰਹੇ ਨੇ, ਅਤੇ ਗੁਰਦਰਸ਼ਨ ਧੂਰੀ ਜੀ, ਮਿੰਟੂ ਧੂਰੀ ਜੀ, ਉਹਨਾਂ ਦੇ ਗੀਤ ਨਵੇਂ ਆ ਰਹੇ ਨੇ, ਉਹ ਮੈਂ ਸ਼ੂਟ ਕੀਤੇ ਨੇ ਜੀ, ਬਾਈ ਕੇਵਲ ਕਾਂਜਲਾ ਇਹਨਾਂ ਦੇ 3 ਗਾਣੇ ਹੋਰ ਮੈਂ ਸ਼ੂਟ ਕਰ ਚੁੱਕਿਆ, ਸੋ ਜਲਦੀ ਹੋਈ ਮਾਰਕੀਟ ਦੇ ਵਿੱਚ ਰਿਲੀਜ਼ ਹੋਣਗੇ। ਤੁਸੀਂ ਇੱਥੇ ਬਾਰਡਰ ਤੇ ਪਹੁੰਚੇ ਹੋ, ਇੱਥੇ ਤੁਸੀਂ ਕੀ ਗੱਲਾਂ ਓਬਜ਼ਰਵ ਕੀਤੀਆਂ ਐਜ਼ ਅ ਡਾਇਰੈਕਟਰ, ਕਿਉਂਕਿ ਗਰਾਊਂਡ ਲੈਵਲ ਤੇ ਤੁਸੀਂ ਇੱਥੇ ਪਹੁੰਚੇ ਹੋ, ਹਾਲਾਂਕਿ ਦੂਰ ਬਹਿ ਕੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ ਨੇ।
ਦੂਰ ਬਹਿ ਕੇ ਤਾਂ ਜੀ ਐਂ ਲਾ ਲਓ ਸਾਹਿਬ ਕਿ ਮੈਂ ਜੋ ਘਰ ਬਹਿ ਕੇ ਸੋਚਦਾ ਸੀ ਜਾਂ ਹੋਰ ਕਿਤੇ ਜਾ ਕੇ ਸੋਚਦਾ ਸੀ, ਮੈਨੂੰ ਅੱਜ ਪਹਿਲੀ ਵਾਰ ਮੈਂ ਬਾਰਡਰ 'ਤੇ ਪਹੁੰਚਿਆ, ਮੈਂ ਕਦੇ ਆਇਆ ਨਹੀਂ ਸੀ, ਕਿਉਂਕਿ ਘਰ ਬਹਿ ਕੇ ਤਾਂ ਲੋਕ ਕਹਿ ਦਿੰਦੇ ਨੇ ਉੱਥੇ ਖੜੇ ਨੇ ਜੀ, ਫਲਾਣਾ ਧਿਮਕਾ, ਇੱਥੇ ਪਤਾ ਲੱਗਦਾ ਜੀ ਸੰਘਰਸ਼ ਕੀ ਚੀਜ਼ ਹੈ। ਬਿਲਕੁਲ, ਸੋ ਤਸਵੀਰਾਂ ਦੇਖ ਸਕਦੇ ਹੋ ਜੀ ਖਨੌਰੀ ਬਾਰਡਰ ਦੀਆਂ, ਜਿੱਥੇ ਇੱਕ ਸੌਂਗ ਦਾ ਸ਼ੂਟ ਹੋ ਰਿਹਾ। ਸੋ ਦੇਖ ਸਕਦੇ ਹੋ ਕਿਸਾਨੀ ਅੰਦੋਲਨ ਨੂੰ ਸਮਰਪਿਤ ਇਹ ਗੀਤ ਕੱਢਿਆ ਜਾ ਰਿਹਾ ਜਿੱਥੇ ਕਿ ਸ਼ੂਟ ਚੱਲ ਰਿਹਾ। ਸੋ ਹੋਰ ਵੀ ਤਸਵੀਰਾਂ ਦਿਖਾਉਂਦੇ ਰਹਾਂਗੇ ਮੇਰੇ ਸਹਿਯੋਗੀ ਰਾਕੇਸ਼ ਨਾਲ, ਮੈਂ ਰਾਜੂ ਸ਼ਰਮਾ, ਦਿਲੀ ਪੋਸਟ, ਪੰਜਾਬੀ।